ताड़ियां ताड़ियां रुकनिया नहीं चाहदियां, उन्हें 100 लगे जिहड़ा ताड़ियां रोके, ताड़ियां जोरदार मार दो मेरे वीरो। आ मुंडे ने कहने अज चित खुश करता, आ मुंडे ने स्वाद लिया दा। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਪੰਜਾਬੀ ਯੂਕੇ ਵਲੌਗਰ ਯੂਟਿਊਬ ਚੈਨਲ, ਅਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਉਣੀ ਆ ਜੀ, ਜਿੱਦਾਂ ਟੋਪਿਕ ਅੱਜ ਦਾ, ਅਤੇ ਜਦੋਂ ਤੁਸੀਂ ਯੂਕੇ ਆਉਣਾ, ਜਿਹੜੇ ਵੀ ਮੇਰੇ ਵੀਰ ਭੈਣ ਯੂਕੇ ਆਉਣ ਦੇ ਫਾਈਲਾਂ ਲਾ ਰਹੇ ਨੇ ਜਾਂ ਲਾ ਚੁੱਕੇ ਨੇ ਜਾਂ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਨੇ, ਤਾਂ ਉਹਨਾਂ ਨੂੰ ਅੱਜ ਆਪਾਂ ਦੱਸਣਾ ਵੀ ਜਦੋਂ ਤੁਸੀਂ ਯੂਕੇ ਪਹੁੰਚਣਾ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕੁਛ ਅਪਲਾਈ ਕਰਨਾ ਹੈ, ਕੀ ਤੁਹਾਡੇ ਲਈ ਇੰਪੋਰਟੈਂਟ ਆ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਦੱਸ ਦਈਏ ਵੀ ਇੰਸਟਾਗ੍ਰਾਮ 'ਤੇ ਆਪਾਂ ਆਪਣਾ ਚੈਨਲ ਦੇ ਨਾਮ 'ਤੇ ਪੇਜ ਬਣਾਇਆ, ਪੰਜਾਬੀ ਯੂਕੇ ਵਲੌਗਰਸ ਚੈਨਲ ਦੇ ਨਾਮ 'ਤੇ, ਅਤੇ ਤੁਸੀਂ ਉਹਨੂੰ ਜ਼ਰੂਰ ਫੋਲੋ ਕਰੋ ਕਿਉਂਕਿ ਯੂਟਿਊਬ 'ਤੇ ਜਿਹੜੀ ਆਪਾਂ ਡੇਲੀ ਵੀਡੀਓ ਨਹੀਂ ਪਾਉਂਦੇ ਹੈਗੇ, ਤਾਂ ਜਿੱਦਾਂ ਕੋਈ ਵੀ ਰੀਸੈਂਟ ਅਪਡੇਟ ਆਉਂਦੀ ਹੈ ਯੂਕੇ ਦੇ ਬਾਰੇ ਤਾਂ ਆਪਾਂ ਆਪਣੇ ਪੇਜ 'ਤੇ ਜ਼ਰੂਰ ਪਾਇਆ ਕਰਾਂਗੇ, ਹੈ ਨਾ। ਅਤੇ ਸਾਡੇ ਇੰਸਟਾਗ੍ਰਾਮ 'ਤੇ ਪੇਜ ਹੈ ਜਿਹੜਾ, ਉਹਨੂੰ ਜ਼ਰੂਰ ਫੋਲੋ ਕਰ ਲਿਓ। ਜੇ ਫੋਲੋ ਨਹੀਂ ਕਰਨਾ ਤਾਂ ਥੋੜ੍ਹਾ ਧਿਆਨ ਦੇ ਵਿੱਚ ਰੱਖਿਓ ਵੀ ਜੇ ਕੋਈ ਵੀ ਅਪਡੇਟ ਚਾਹੀਦੀ ਹੈ ਤਾਂ ਸਾਨੂੰ ਉਸ 'ਤੇ ਮੈਸੇਜ ਕਰ ਸਕਦੇ ਹੋ ਤੁਸੀਂ, ਅਤੇ ਮੈਂ ਜਿਹੜਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਆਪਣੀ ਇੰਸਟਾਗ੍ਰਾਮ ਪੇਜ ਦੀ ਆਈਡੀ ਦਾ। ਅਤੇ ਸਭ ਵੀਡੀਓ ਸ਼ੁਰੂ ਕਰਦੇ ਹਾਂ। ਜਿਹੜੇ ਤੁਸੀਂ ਆਪਾਂ ਆਉਣਾ ਤੁਸੀਂ ਯੂਕੇ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਕੀ ਕਰਨਾ ਜੀ, ਤੁਸੀਂ ਜੇ ਤੁਹਾਡੇ ਕੋਲ ਅਕੋਮੋਡੇਸ਼ਨ ਨਹੀਂ ਹੈਗੀ ਤਾਂ ਕੋਈ ਅਕੋਮੋਡੇਸ਼ਨ ਦਾ ਜਿਹੜਾ ਤੁਹਾਡਾ ਪ੍ਰਬੰਧ ਨਹੀਂ ਹੋ ਰਿਹਾ, ਤਾਂ ਤੁਸੀਂ ਕੀ ਕਰਨਾ, ਦੋ ਤਿੰਨ ਸਾਈਟਾਂ ਨੇ, ਇੱਕ ਹੈਗੀ ਆ ਗਮਟਰੀ, ਉਹ ਐਪ ਆ, ਉਹ ਤੁਸੀਂ ਡਾਊਨਲੋਡ ਕਰਨੀ ਆ ਫੋਨ ਦੇ ਵਿੱਚ, ਉਸਦੇ ਵਿੱਚੋਂ ਤੁਸੀਂ ਅਕੋਮੋਡੇਸ਼ਨ ਲੱਭ ਸਕਦੇ ਹੋ। ਅਤੇ ਨੰਬਰ 2 'ਤੇ ਹੈਗੀ ਸਪੇਅਰ ਰੂਮ ਵੈਬਸਾਈਟ ਆ, ਨੰਬਰ 3 'ਤੇ ਰਾਈਟ ਮੂਵ ਆ। ਅਤੇ ਤੁਸੀਂ ਇਹਨਾਂ ਵੈਬਸਾਈਟਾਂ ਦੇ ਉੱਪਰ ਜਿੱਥੇ ਜਿਹੜੇ ਏਰੀਏ ਦੇ ਵਿੱਚ ਤੁਸੀਂ ਆਉਣਾ ਹੈ, ਉਹ ਏਰੀਏ ਦਾ ਤੁਸੀਂ ਪੋਸਟ ਕੋਡ ਜਾਂ ਐਡਰੈਸ ਭਰ ਕੇ ਜਾਂ ਸਿਟੀ ਦਾ ਨਾਮ ਭਰ ਕੇ ਤੁਸੀਂ ਆਪਦਾ ਲੱਭ ਸਕਦੇ ਹੋ, ਰੂਮ ਈਜ਼ੀਲੀ ਮਿਲ ਜਾਂਦੇ ਨੇ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਯੂਕੇ ਆ ਗਏ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀ, ਸਭ ਤੋਂ ਪਹਿਲਾਂ ਜੇ ਕੋਈ ਸਟੂਡੈਂਟ ਆ ਰਿਹਾ ਜਾਂ ਕੋਈ ਡਿਪੈਂਡੈਂਟ ਆ ਜਾਂ ਕੋਈ ਵਰਕ ਪਰਮਿਟ 'ਤੇ ਆ ਰਿਹਾ ਹੈ, ਤਾਂ ਨੈਸ਼ਨਲ ਇੰਸ਼ੋਰੈਂਸ ਨੰਬਰ ਜ਼ਰੂਰ ਅਪਲਾਈ ਕਰਨਾ ਤੁਸੀਂ, ਜਿਵੇਂ ਕਿ NI ਨੰਬਰ ਕਹਿੰਦੇ ਹਾਂ ਜਿਹਨੂੰ ਆਪਾਂ। NI ਨੰਬਰ ਅਪਲਾਈ ਕਰਨ ਦਾ ਕੀ ਹੈ ਜੀ, ਉਸਦੇ ਉੱਪਰ ਤੁਹਾਡਾ ਟੈਕਸ ਜਾਣਾ, 20 ਘੰਟੇ ਜਿਹੜਾ ਤੁਹਾਨੂੰ ਕੰਮ ਹੁੰਦਾ ਉਹ ਤੁਸੀਂ NI ਨੰਬਰ ਦੇ ਉੱਪਰ ਕਰ ਸਕਦੇ ਹੋ, ਜਿਸ ਦੇ ਉੱਪਰ ਤੁਹਾਡਾ ਟੈਕਸ ਜਾਣਾ ਹੈ, ਕਿਉਂਕਿ ਉਸ ਤੋਂ ਬਿਨਾਂ ਜੋਬ ਜੇ ਆਪਾਂ ਕਹੀਏ ਤਾਂ 20 ਘੰਟੇ ਦੇ ਲੈਣ ਔਖੀ ਹੈ ਮਿਲਣੀ NI ਨੰਬਰ ਤੋਂ ਬਿਨਾਂ। ਅਤੇ ਉਹ ਫਰੀ ਆਫ ਕੋਸਟ ਆ, ਤੁਸੀਂ ਆਪਣੇ ਫੋਨ ਤੋਂ ਵੀ ਅਪਲਾਈ ਕਰ ਸਕਦੇ ਹੋ, ਕਿਉਂਕਿ ਤੁਸੀਂ ਗੂਗਲ 'ਤੇ ਜਾ ਕੇ ਅਪਲਾਈ ਨੈਸ਼ਨਲ ਇੰਸ਼ੋਰੈਂਸ ਨੰਬਰ ਕਰਨਾ ਹੈ, ਤਾਂ ਉੱਥੇ ਜੋ ਵੀ ਅੱਗੇ ਦਾ ਤੁਹਾਡਾ ਪ੍ਰੋਸੀਜਰ ਹੋਊਗਾ ਉਹ ਸਾਹਮਣੇ ਆ ਜਾਣਾ, ਫੋਰਮ ਆ ਜਾਣਾ, ਤੁਸੀਂ ਫੋਰਮ ਭਰ ਦੇਣਾ, ਅਤੇ ਵਿਦ ਇਨ ਵੀਕ ਜਾਂ 2 ਵੀਕ ਦੇ ਵਿੱਚ ਤੁਹਾਨੂੰ ਤੁਹਾਡਾ NI ਨੰਬਰ ਮਿਲ ਜਾਣਾ ਹੈ। ਅਤੇ ਉਹ ਕਿਸੇ ਕੋਲ ਫਸਣ ਦੀ ਲੋੜ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਇੱਥੇ ਸਕੈਮ ਵੀ ਕਰਦੇ ਨੇ ਨੈਸ਼ਨਲ ਇੰਸ਼ੋਰੈਂਸ ਨੰਬਰ ਅਪਲਾਈ ਕਰਨ ਦੇ ਲਈ, ਜੋ ਕਿ ਕਈ ਪੈਸੇ ਵੀ ਲੈਂਦੇ ਆ, ਬਟ ਉਹ ਫਰੀ ਆਫ ਕੋਸਟ ਆ, ਉਹਦੇ ਲਈ ਕਿਸੇ ਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ। ਤੁਸੀਂ ਆਪਣਾ ਆਉਣਾ, ਜਦੋਂ ਤੁਸੀਂ ਆ ਗਏ ਤਾਂ ਨੈਸ਼ਨਲ ਇੰਸ਼ੋਰੈਂਸ ਨੰਬਰ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਜ਼ਰੂਰੀ ਆ ਵੀ ਤੁਸੀਂ ਆਪਣਾ BRP ਕਾਰਡ ਜ਼ਰੂਰ ਕਲੈਕਟ ਕਰਨਾ, ਜੇ ਤੁਸੀਂ 2024 ਤੋਂ ਪਹਿਲਾਂ ਆ ਰਹੇ ਹੋ, ਕਿਉਂਕਿ ਦਸੰਬਰ 'ਚ 2024 ਤੋਂ ਬਾਅਦ ਜੋ ਕਿ BRP ਕਾਰਡ ਨੇ, ਜਿਹਦਾ ਆਪਣਾ ID ਹੁੰਦੀ ਹੈ ਇੱਕ ਤਰ੍ਹਾਂ ਦੀ ਉਹ, ਅਤੇ ਉਸਦੇ ਉੱਪਰ ਜੋ ਕਿ ਆਪਣਾ ਵੀਜ਼ੇ ਦੀ ਡੇਟ ਹੁੰਦੀ ਹੈ ਕਿੰਨੇ ਤੋਂ ਕਿੰਨੇ ਤੱਕ ਆ, ਅਤੇ ਉਹ ਜਿਹੜਾ 2024 ਤੱਕ ਹੀ ਆ, ਉਸ ਤੋਂ ਬਾਅਦ ਸਾਰਾ ਰਿਕਾਰਡ ਔਨਲਾਈਨ ਹੋ ਜਾਣਾ ਹੈ। ਅਤੇ ਜੇ ਤੁਸੀਂ 2024 ਤੋਂ ਪਹਿਲਾਂ ਆ ਰਹੇ ਹੋ ਤਾਂ ਯੂ ਸ਼ੁੱਡ ਟੇਕ ਯੂਰ BRP ਕਾਰਡ ਫਰੋਮ, ਲਾਈਕ ਤੁਹਾਡੇ ਕੋਲ ਐਡਰੈਸ ਆਊਗਾ ਜਦੋਂ ਤੁਹਾਡਾ ਵੀਜ਼ਾ ਆਉਣਾ ਹੈ, ਜਦੋਂ ਤੁਸੀਂ ਆਪਣਾ ਪਾਸਪੋਰਟ ਕਲੈਕਟ ਕਰਨਾ ਤਾਂ ਉਹਦੇ ਨਾਲ ਇੱਕ ਲੈਟਰ ਆਉਂਦਾ ਹੈ, ਉਸਦੇ ਵਿੱਚ ਐਡਰੈਸ ਆਉਂਦਾ ਹੈ ਜਿੱਥੋਂ ਤੁਸੀਂ ਆਪਣਾ BRP ਆ ਕੇ ਕਲੈਕਟ ਕਰਨਾ, ਇੱਥੋਂ ਜਿਹਨੂੰ ਆਪਾਂ ਬਾਇਓਮੈਟ੍ਰਿਕ ਰੈਜੀਡੈਂਸ ਕਾਰਡ ਕਹਿੰਦੇ ਹਾਂ, ਰੈਜੀਡੈਂਸ ਪਰਮਿਟ ਸੋਰੀ। ਅਤੇ ਤੁਸੀਂ ਉਹ ਕਲੈਕਟ ਕਰਨਾ, ਅਤੇ ਉਸ ਤੋਂ ਬਾਅਦ ਤੁਸੀਂ ਜੋ ਵੀ ਉਹਦਾ ਨੰਬਰ ਹੁੰਦਾ ਆਪਣਾ, ਜਦੋਂ ਤੁਸੀਂ NI ਨੰਬਰ ਆਪਣਾ ਅਪਲਾਈ ਕਰਨਾ ਤਾਂ ਉਹ ਤੁਹਾਨੂੰ ਜ਼ਰੂਰੀ ਹੁੰਦਾ ਹੈ। ਅਤੇ ਇਹ ਹੋ ਗਈਆਂ 2 ਚੀਜ਼ਾਂ, BRP ਕਾਰਡ ਹੋ ਗਿਆ, ਨੈਸ਼ਨਲ ਇੰਸ਼ੋਰੈਂਸ ਨੰਬਰ ਹੋ ਗਿਆ ਤੁਹਾਡਾ, ਜਦੋਂ ਤੁਸੀਂ ਜੋ ਤੁਸੀਂ ਆ ਕੇ ਆਪਣਾ ਅਪਲਾਈ ਕਰਨਾ ਇੱਥੇ। ਅਤੇ ਨੈਕਸਟ ਥਿੰਗ ਆ ਜਿਹੜੀ ਡਰਾਈਵਿੰਗ ਲਾਇਸੈਂਸ, ਉਹ ਤੁਸੀਂ ਅਪਲਾਈ ਕਰਨਾ ਜੀ। ਡਰਾਈਵਿੰਗ ਲਾਇਸੈਂਸ ਤੁਹਾਡਾ
ਪ੍ਰੋਵੀਜ਼ਨਲ ਡਰਾਈਵਿੰਗ ਲਾਇਸੈਂਸ ਆਊਗਾ ਬਣ ਕੇ, ਜਿਸ ਲਈ ਤੁਹਾਨੂੰ BRP ਕਾਰਡ ਦੀ ਵੀ ਲੋੜ ਪੈਣੀ ਹੈ, ਜੋ ਕਿ ਤੁਸੀਂ ਪੋਸਟ ਆਫਿਸ 'ਤੇ ਜਾਣਾ ਹੈ, ਪੋਸਟ ਆਫਿਸ ਤੋਂ D1 ਫਾਰਮ ਕਲੈਕਟ ਕਰਨਾ, ਫਰੀ ਹੁੰਦਾ ਉਹ, D1 ਫਾਰਮ ਫਿਲ ਕਰਕੇ ਅਤੇ ਨਾਲ ਤੁਹਾਨੂੰ ਆਪਣਾ BRP ਕਾਰਡ ਭੇਜਣਾ ਪੈਂਦਾ ਹੈ। BRP ਕਾਰਡ ਜਿਹੜਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਜਦੋਂ, ਤਾਂ ਤੁਹਾਡੇ ਕੋਲ ਘੱਟੋ ਘੱਟ 6 ਮਹੀਨੇ ਦਾ ਵੀਜ਼ਾ ਹੋਣਾ ਚਾਹੀਦਾ ਹੈ ਵੈਲਿਡ, ਕਿ ਤਾਂ ਬਣਦਾ। ਉਹ ਸਿਰਫ ਬਣੂਗਾ ਟੂਰਿਸਟ ਦੇ ਲਈ ਨਹੀਂ ਹੈਗਾ, ਉਹ ਸਿਰਫ ਵਰਕ ਪਰਮਿਟ 'ਤੇ ਜੋ ਵੀ ਸਟੱਡੀ 'ਤੇ ਜਾਂ ਡਿਪੈਂਡੈਂਟ ਆਉਂਦੇ ਨੇ ਉਹ ਅਪਲਾਈ ਕਰ ਸਕਦੇ ਨੇ। ਅਤੇ ਤੁਸੀਂ ਆਪਣਾ BRP ਕਾਰਡ ਨਾਲ ਭੇਜਣਾ ਹੈ ਜਦੋਂ ਤੁਸੀਂ ਫਾਰਮ ਭੇਜਣਾ ਡਰਾਈਵਿੰਗ ਲਾਇਸੈਂਸ ਦਾ, ਅਤੇ ਤੁਹਾਡਾ BRP ਕਾਰਡ ਆ ਜਾਣਾ ਹਫ਼ਤੇ ਦੇ ਵਿੱਚ ਵਾਪਸ ਆ ਜਾਂਦਾ ਹੈ। ਅਤੇ ਉਸ ਤੋਂ 4 ਕੁ ਦਿਨ ਬਾਅਦ ਤੁਹਾਡਾ ਪ੍ਰੋਵੀਜ਼ਨਲ ਡਰਾਈਵਿੰਗ ਲਾਇਸੈਂਸ ਬਣ ਕੇ ਆ ਜਾਣਾ, ਕਿਉਂਕਿ ਡਰਾਈਵਿੰਗ ਲਾਇਸੈਂਸ ਇਸ ਕਰਕੇ ਆ, ਜੇ ਬਾਈ ਚਾਂਸ ਰੱਬ ਨਾ ਕਰੇ ਤੁਹਾਡਾ ਕੱਲ੍ਹ ਨੂੰ, ਉਹ ਮੈਂ ਗੱਲ ਬਾਅਦ 'ਚ ਦੱਸਦਾ, ਡਰਾਈਵਿੰਗ ਲਾਇਸੈਂਸ ਆ ਗਿਆ, ਤੁਹਾਡੇ ਅਕਾਊਂਟ ਖੁੱਲ੍ਹ ਜਾਂਦਾ, ਤੁਹਾਡੇ ਕੋਲ ਐਡਰੈੱਸ ਦੀ ਆਈਡੈਂਟੀ ਹੋ ਜਾਂਦੀ ਹੈ ਤੁਹਾਡੇ ਕੋਲ, ਕਿਉਂਕਿ ਉਸਦੇ ਉੱਪਰ ਜਿੱਥੇ ਤੁਸੀਂ ਰਹਿਣਾ ਹੈ ਰਹੋਗੇ ਤਾਂ ਉਹ ਐਡਰੈੱਸ ਜਿਹੜਾ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਉੱਪਰ ਆਊਗਾ ਫਿਲ ਹੋ ਕੇ। ਅਤੇ ਮੁੜ ਕੇ, ਅਤੇ ਉਹਦੇ ਫਾਇਦੇ ਕੀ ਨੇ ਜੀ, ਮੁੜ ਕੇ ਜਦੋਂ ਤੁਸੀਂ ਤੁਹਾਡਾ ਡਰਾਈਵਿੰਗ ਲਾਇਸੈਂਸ ਆ ਗਿਆ ਪ੍ਰੋਵੀਜ਼ਨਲ, ਉਸ ਤੋਂ ਬਾਅਦ ਤੁਹਾਨੂੰ ਆਪਣਾ ਥਿਊਰੀ ਕਲੀਅਰ ਕਰਨੀ ਹੈ ਫਸਟ ਆਫ ਆਲ, ਜੋ ਕਿ ਥਿਊਰੀ ਦੇ ਲਈ ਜੋ ਇਹਨਾਂ ਦੀ ਐਪ ਹੁੰਦੀ ਆ 5 ਕੁ ਪਾਉਂਡ ਦੀ ਹੁੰਦੀ ਆ, ਉਹ ਤੁਸੀਂ ਲੈ ਲੈਣੀ ਆ। ਅਤੇ ਉਸ ਤੋਂ ਤਿਆਰੀ ਕਰਕੇ ਆਪਦਾ ਥਿਊਰੀ ਕੱਢੋ, ਪ੍ਰੈਕਟੀਕਲ ਕੱਢੋ, ਅਤੇ ਫੁੱਲ ਡਰਾਈਵਿੰਗ ਲਾਇਸੈਂਸ ਬਣਵਾਓ ਆਪਦਾ ਜਿੰਨਾ ਛੇਤੀ ਹੋ ਸਕੇ। ਅਤੇ ਜਿਹੜਾ ਪ੍ਰੋਵੀਜ਼ਨਲ ਡਰਾਈਵਿੰਗ ਲਾਇਸੈਂਸ ਅਪਲਾਈ ਕਰਨਾ, ਜਿਹੜਾ ਲਰਨਿੰਗ ਕਹਿੰਦੇ ਹਾਂ ਜਿਹਨੂੰ ਆਪਾਂ, ਉਸਦੀ 65 to 70 pounds, 65 to 70 pounds ਦੇ ਤੱਕ ਫੀਸ ਹੁੰਦੀ ਹੈ ਜੋ ਉਹਨੂੰ ਅਪਲਾਈ ਕਰਨ ਲਈ। ਅਤੇ ਮੁੜ ਕੇ ਜੋ ਵੀ ਤੁਸੀਂ ਆਉਂਗੇ ਜਦੋਂ ਤੁਹਾਨੂੰ ਸਾਰਾ ਪਤਾ ਲੱਗ ਜਾਣਾ, ਜੋ ਤੁਸੀਂ ਆਪਣਾ ਫੁੱਲ ਡਰਾਈਵਿੰਗ ਲਾਇਸੈਂਸ UK ਦਾ ਜਿਹੜਾ ਅਪਲਾਈ ਕਰਨਾ, ਫਿਰ ਉਸ ਤੋਂ ਬਾਅਦ ਪ੍ਰੈਕਟੀਕਲ ਹੁੰਦਾ ਜਾਂ ਕਾਫੀ ਕੁਛ ਇਹਦਾ ਹੁੰਦਾ ਥੋੜ੍ਹਾ। ਅਤੇ ਜੇ ਤੁਹਾਡਾ ਫੁੱਲ ਡਰਾਈਵਿੰਗ ਲਾਇਸੈਂਸ ਬਣ ਜਾਂਦਾ ਤਾਂ ਉਸਦੇ ਫਾਇਦੇ ਬਹੁਤ ਨੇ ਇੱਥੇ, ਕਿਉਂਕਿ ਇੱਕ ਤਾਂ ਫੁੱਲ ਡਰਾਈਵਿੰਗ ਲਾਇਸੈਂਸ 'ਤੇ ਜੋਬਾਂ ਬਹੁਤ ਮਿਲਦੀਆਂ ਨੇ ਬੰਦੇ ਨੂੰ, ਡਰਾਈਵਿੰਗ ਦੇ ਵਿੱਚ ਬਹੁਤ ਸਾਰੀਆਂ ਜੋਬਾਂ ਨੇ, ਅਤੇ ਬੰਦਾ ਪੈਸੇ ਵੀ ਵਧੀਆ ਕਮਾਉਂਦਾ ਦਿਨ ਦੇ, ਲਾਈਕ 90 to 120 pounds ਨੋਰਮਲ ਆ ਜੇ ਤੁਹਾਡੇ ਕੋਲ ਇੱਥੋਂ ਦਾ UK ਦਾ ਫੁੱਲ ਡਰਾਈਵਿੰਗ ਲਾਇਸੈਂਸ ਹੈਗਾ। ਅਤੇ ਆਪਣਾ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਜ਼ਰੂਰ ਬਣਵਾ ਕੇ ਲੈ ਕੇ ਆਓ ਇੰਡੀਆ ਤੋਂ, ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਉਸ ਤੋਂ ਬਾਅਦ ਬਣਦਾ ਉਹ, ਕਿਉਂਕਿ ਜੇ ਬਾਈ ਚਾਂਸ ਜੇ ਤੁਸੀਂ ਇੱਥੇ ਆ ਕੇ, ਚਲੋ ਤੁਹਾਡਾ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਤਾਂ 1 ਸਾਲ ਵੈਲਿਡ ਹੁੰਦਾ, ਤੁਸੀਂ ਆਪਣੀ ਗੱਡੀ ਲੈ ਸਕਦੇ ਹੋ ਉਸ 'ਤੇ, ਜੇ ਤੁਹਾਡੇ ਕੋਲ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਹੈਗਾ। ਅਤੇ ਉਸਦਾ ਥੋੜ੍ਹਾ ਜਿਹਾ ਇੰਸ਼ੋਰੈਂਸ ਹੁੰਦੀ ਆ, ਇੰਸ਼ੋਰੈਂਸ ਜੋ ਵੀ ਲਾਈਕ ਜੇ ਤਾਂ ਲੰਡਨ ਦੇ ਵਿੱਚ ਆ ਤੁਸੀਂ ਤਾਂ ਲੰਡਨ ਦੇ ਵਿੱਚ ਉਹਦਾ ਇੰਸ਼ੋਰੈਂਸ ਥੋੜ੍ਹੀ ਵੱਧ ਕੋਸਟ ਹੁੰਦੀ ਆ, ਜੇ ਲੰਡਨ ਤੋਂ ਬਾਹਰ ਦਾ ਐਡਰੈੱਸ ਆ ਤੁਹਾਡਾ ਤਾਂ ਇੰਸ਼ੋਰੈਂਸ ਘੱਟ ਹੁੰਦੀ ਆ, ਅਤੇ ਅਰਾਊਂਡ 1500 pounds ਜਿਹੜੀ ਸਾਲ ਦੀ ਇੰਸ਼ੋਰੈਂਸ ਆਉਂਦੀ ਆ, ਅਤੇ 1000 pounds ਦੀ ਗੱਡੀ ਈਜ਼ਲੀ ਆ ਜਾਂਦੀ ਆ ਇੱਥੇ, ਤਾਂ ਆਪਣਾ ਤੁਹਾਡਾ ਕੰਮ ਚੱਲ ਸਕਦਾ ਉਸਦੇ ਨਾਲ, ਹੈ ਨਾ। ਅਤੇ ਜਿਹੜੀ ਇੰਸ਼ੋਰੈਂਸ ਆ ਉਹ ਤੁਸੀਂ ਆਪਣਾ ਕਿਸ਼ਤਾਂ ਦੇ ਵਿੱਚ ਵੀ, ਲਾਈਕ ਮੰਥਲੀ ਕਿਸ਼ਤ ਬਣ ਜਾਂਦੀ ਆ ਉਹਦੀ, ਉਹਦੇ ਵਿੱਚ ਪੇ ਕਰ ਸਕਦੇ ਹਾਂ। ਅਤੇ ਅਗਲੀ ਗੱਲ ਆ ਜੀ, ਜੇ ਤੁਸੀਂ ਕੰਸਟਰਕਸ਼ਨ ਦੇ ਵਿੱਚ ਕੰਮ ਕਰਨਾ ਹੈ, ਜੇ ਤੁਸੀਂ ਵਰਕ ਪਰਮਿਟ 'ਤੇ ਹੋ ਜਾਂ ਡਿਪੈਂਡੈਂਟ ਹੋ, ਤਾਂ ਤੁਹਾਨੂੰ ਤੁਸੀਂ CS ਕਾਰਡ ਅਪਲਾਈ ਕਰੋ। CS ਕਾਰਡ 'ਤੇ ਇੱਦਾਂ ਹੈ ਵੀ ਤੁਹਾਨੂੰ ਕੰਪਨੀ ਦੇ ਵਿੱਚ ਕੰਮ ਮਿਲੂਗਾ ਅਤੇ ਪੇ ਰੇਟ ਵੀ ਵਧੀਆ ਮਿਲੂਗਾ ਲੱਗਦੇ ਸਾਰ, ਲਾਈਕ 90 to 100 pounds ਤੱਕ ਦਾ ਜਿਹੜੀ ਤੁਹਾਡੀ ਸਟਾਰਟਿੰਗ ਹੋਣੀ ਆ। ਉਹੀ ਜੇ ਤੁਸੀਂ ਲੋਕਲ ਬਿਲਡਰ ਨਾਲ ਲੱਗਦੇ ਹੋ ਤਾਂ ਲੋਕਲ ਬਿਲਡਰ ਇੱਦਾਂ ਹੈ ਵੀ ਉੱਥੇ ਤੁਹਾਨੂੰ ਕੰਮ ਸਿੱਖਣ ਨੂੰ ਮਿਲੂਗਾ, ਬਟ ਤੁਹਾਡੀ ਪੇ ਘੱਟ ਹੋਊਗੀ, ਪੇ ਤੁਹਾਡੀ ਉਹੀ 70 to 75 ਦੇ ਵਿੱਚ ਆਉਣੀ ਆ, 1 ਦਿਨ ਦੀ 70 to 75 pounds, ਹੈ ਨਾ। ਸੋ ਮੈਂ ਇਹੀ ਕਹਿੰਦਾ ਵੀ ਜੇ, ਪਰ ਹਾਂ ਇਹ ਆਉਂਦਾ ਹੀ ਨਹੀਂ ਸਾਰਾ ਕੁਛ ਪੰਗਾ ਲੈਣਾ, ਆਉਂਦਾ ਜਿਹੜਾ ਤੁਹਾਡਾ ਮੈਂਡੇਟਰੀ ਆ ਸਿਰਫ ਨੈਸ਼ਨਲ ਇੰਸ਼ੋਰੈਂਸ ਨੰਬਰ ਅਤੇ BRP ਕਾਰਡ ਕੁਲੈਕਟ ਕਰਨਾ ਹੈ, ਅਤੇ ਉਸ ਤੋਂ ਬਾਅਦ ਲਾਇਸੈਂਸ ਅਪਲਾਈ ਕਰ ਲਓ, ਹੈ ਨਾ। ਕਿਉਂਕਿ ਜਿਹੜਾ ਆਪਣਾ CS ਕਾਰਡ ਵਾਲਾ ਸਿਸਟਮ ਆ, CS ਕਾਰਡ 'ਤੇ ਥੋੜ੍ਹੇ ਪੈਸੇ ਲੱਗਦੇ ਨੇ, ਜੇ ਲਾਈਕ ਤੁਸੀਂ ਆਪ ਟੈਸਟ ਦਿੰਦੇ ਹੋ ਤਾਂ ਉਹਦੀ 90 pounds ਫੀਸ ਆ, ਜੇ ਤੁਸੀਂ ਡੀਲਰਾਂ ਰਾਹੀਂ ਬਣਵਾਉਂਦੇ ਹੋ ਤਾਂ 400 to 450 pounds ਲੱਗਦਾ ਹੈ CS ਕਾਰਡ ਬਣਵਾਉਣ 'ਤੇ।
ਤੇ ਨੰਬਰ 2 ਤੇ ਸਿਕਿਉਰਿਟੀ ਦਾ, ਜਿਹੜਾ ਸਿਕਿਉਰਿਟੀ ਦਾ ਵੀ ਇੱਦਾਂ ਆ, ਉਹਦੇ ਉੱਪਰ ਵੀ 400 ਤੋਂ 500 ਪਾਉਂਡ ਖਰਚਾ ਹੁੰਦਾ ਹੈ ਜੇ ਤੁਸੀਂ ਸਿਕਿਉਰਿਟੀ ਦਾ ਕਾਰਡ ਬਣਵਾਉਣਾ ਹੈ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਆ ਕੇ ਅਪਲਾਈ ਕਰਨੀਆਂ ਨੇ ਜੇ ਤੁਸੀਂ ਵਧੀਆ ਜੋਬ ਚਾਹੁੰਦੇ ਹੋ ਕਰਨੀ ਅਤੇ ਪੈਸੇ ਵਧੀਆ ਕਮਾਉਣੇ ਚਾਹੁੰਦੇ ਹੋ। ਅਤੇ ਬਟ ਕਿਸੇ ਕੋਲ ਫਸਿਓ ਨਾ, ਸਭ ਤੋਂ ਆਪਦਾ ਪਹਿਲਾਂ ਕਲੀਅਰ ਕਰਿਓ। ਜੇ ਕੋਈ ਤੁਸੀਂ ਡੀਲਰ ਦੇ ਥਰੂ ਵੀ ਕੋਈ ਚੀਜ਼ ਬਣਵਾ ਰਹੇ ਹੋ ਜਾਂ ਕੁਛ ਵੀ, ਹੈ ਨਾ, ਤਾਂ ਆਪਦਾ, ਕਿਉਂਕਿ ਇੱਥੇ ਸਕੈਮ ਬਹੁਤ ਹੁੰਦਾ ਲੋਕਾਂ ਨਾਲ। ਅਤੇ ਜਿਹੜਾ ਨੈਸ਼ਨਲ ਇੰਸ਼ੋਰੈਂਸ ਨੰਬਰ ਆ ਉਹ ਬਿਲਕੁਲ ਫਰੀ ਆਫ ਕੋਸਟ ਆ, ਉਹਦੇ ਲਈ ਕਿਸੇ ਕੋਲ ਵੀ ਜਾਣ ਦੀ ਲੋੜ ਨਹੀਂ ਆ, ਉਹ ਤੁਸੀਂ ਆਪਦੇ ਫੋਨ ਤੋਂ ਅਪਲਾਈ ਕਰਨਾ, ਠੀਕ ਹੈ। ਅਤੇ ਨੰਬਰ 2 'ਤੇ ਇੱਕ ਹੋਰ ਗੱਲ ਆਈ ਸੀ ਮੇਰੇ ਦਿਮਾਗ 'ਚ ਵੀ ਤੁਸੀਂ ਜਿਹੜਾ, ਹਾਂ, ਜਦੇ ਜਿਹੜਾ BRP ਕਾਰਡ ਦੀ ਕਲੈਕਸ਼ਨ ਆ ਉਹ ਤੁਸੀਂ ਪੋਸਟ ਆਫਿਸ ਦੇ ਵਿੱਚ ਪਵਾਉਣੀ ਆ ਆਪਣੇ ਏਜੰਟ ਨੂੰ ਕਹਿ ਕੇ, ਜੇ ਤੁਸੀਂ ਆਪ ਅਪਲਾਈ ਕਰ ਰਹੇ ਹੋ ਤਾਂ ਵੀ, ਕਿਉਂਕਿ ਤੁਸੀਂ ਆਪਣੀ ਯੂਨੀਵਰਸਿਟੀ ਦੇਖ ਲੈਣੀ ਹੈ ਕਿਹੜੀ ਆ, ਤਾਂ ਤੁਸੀਂ ਕਿਹੋ ਵੀ ਯੂਨੀਵਰਸਿਟੀ ਦੇ ਵਿੱਚ ਨਹੀਂ ਕਲੈਕਸ਼ਨ ਚਾਹੀਦੀ, ਸਾਨੂੰ ਪੋਸਟ ਆਫਿਸ ਦੇ ਵਿੱਚ ਕਲੈਕਸ਼ਨ ਚਾਹੀਦੀ ਆ। ਉਹ ਇੱਦਾਂ ਹੈ, ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਕਲੈਕਟ ਕਰੋਗੇ, ਜੇ ਬਾਈ ਚਾਂਸ ਤੁਹਾਡਾ ਕਿ ਕੋਈ ਇੱਦਾਂ ਦਾ ਸਿਸਟਮ ਹੋ ਜਾਂਦਾ ਵੀ ਤੁਸੀਂ ਯੂਨੀਵਰਸਿਟੀ ਨਹੀਂ ਜਾਣਾ, ਹੈ ਨਾ, ਜਾਂ ਕੋਈ ਪ੍ਰੋਬਲਮ ਆ ਜਾਂਦੀ ਆ, ਤਾਂ ਯੂਨੀਵਰਸਿਟੀ ਤੁਹਾਡਾ BRP ਕਾਰਡ ਬਾਉਂਡ ਕਰ ਲੈਂਦੀ ਆ ਅਤੇ ਤੁਹਾਨੂੰ BRP ਕਾਰਡ ਨਹੀਂ ਮਿਲਣਾ। ਸੋ ਇਸ ਲਈ ਆਪਦਾ ਯੂਨੀਵਰਸਿਟੀ ਤੋਂ ਬਾਹਰ ਹੀ ਕਲੈਕਸ਼ਨ ਰੱਖੋ, ਪੋਸਟ ਆਫਿਸਾਂ ਦੇ ਨੋਰਮਲੀ ਪੋਸਟ ਆਫਿਸ ਦੇ ਵਿੱਚ ਹੀ ਕਲੈਕਸ਼ਨ ਹੁੰਦੀ ਆ ਉਹਦੀ BRP ਕਾਰਡ ਦੀ। ਸੋ ਪੋਸਟ ਆਫਿਸ ਦੇ ਵਿੱਚੋਂ ਆਪਦਾ ਕਲੈਕਟ ਕਰੋ ਅਤੇ ਪੋਸਟ ਆਫਿਸ ਦਾ ਜਿਹੜਾ ਵੀ ਯੂਨੀਵਰਸਿਟੀ ਦੇ ਨੇੜੇ ਪੈਂਦਾ ਹੋਊਗਾ ਤੁਹਾਨੂੰ ਪੋਸਟ ਆਫਿਸ, ਉਹਦਾ ਐਡਰੈਸ ਪਵਾਓ ਏਜੰਟ ਨੂੰ ਕਹਿ ਕੇ, ਠੀਕ ਹੈ। ਅਤੇ ਬਾਕੀ ਇਹ ਸੀਗੀਆਂ ਜੀ ਜਿਹੜੀਆਂ ਚੀਜ਼ਾਂ ਤੁਹਾਡੇ ਆਪਣੇ ਆ ਕੇ ਪਹਿਲਾਂ ਅਪਲਾਈ ਕਰਨੀਆਂ ਨੇ, ਜਿਹੜੀਆਂ ਚੀਜ਼ਾਂ ਤੁਸੀਂ ਬਣਵਾਉਣੀਆਂ ਨੇ, ਕਿਉਂਕਿ ਇਹ ਚੀਜ਼ਾਂ ਨੇ ਹੀ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਦੇਣੀ ਹੈ ਇੱਥੇ ਪੈਸੇ ਕਮਾਉਣ ਦੇ ਵਿੱਚ, ਸੈੱਟ ਹੋਣ ਦੇ ਵਿੱਚ। ਮੇਨ ਥਿੰਗ ਪੈਸਾ ਆਊਗਾ ਤਾਂ ਸੈਟਿੰਗ ਵੀ ਸਭ ਆਪੇ ਆ ਜਾਂਦੀ ਆ, ਕਿਉਂਕਿ ਇਹਨਾਂ ਚੀਜ਼ਾਂ ਤੋਂ ਬਿਨਾਂ ਉਹ ਨਹੀਂ ਹੈਗਾ ਇੱਥੇ ਕੋਈ ਲਾਈਫ ਨਹੀਂ। ਮੇਨ ਤਾਂ ਗੱਲ ਲਾਈਸੈਂਸ ਆ, ਡਰਾਈਵਿੰਗ ਲਾਈਸੈਂਸ ਤੋਂ ਬਿਨਾਂ ਇੱਥੇ ਕੋਈ ਉਹ ਨਹੀਂ ਹੈਗਾ, ਕਿਉਂਕਿ ਕਿੰਨਾ ਕੁ ਟਾਈਮ ਤੁਸੀਂ ਬੱਸਾਂ ਦੇ ਵਿੱਚ ਜਾਂ ਟ੍ਰੇਨਾਂ ਦੇ ਵਿੱਚ ਉਹ ਕਰੋਗੇ, ਹੈ ਨਾ। ਇੱਕ ਨਾ ਇੱਕ ਦਿਨ ਬੰਦੇ ਨੂੰ ਆਪਣੀ ਗੱਡੀ ਲੈਣੀ ਪੈਂਦੀ ਆ ਇੱਥੇ ਆ ਕੇ ਵੀ। ਅਤੇ ਮੋਸਟਲੀ ਜਦੋਂ ਤੁਸੀਂ ਮੰਨ ਲਓ ਤੁਸੀਂ ਕਿਤੇ ਜਾਂਦੇ ਹੋ ਕੰਮ ਲੱਗੇ ਹੋ, ਘੰਟਾ ਇੱਕ ਘੰਟਾ ਤੁਸੀਂ ਟ੍ਰੇਨ 'ਤੇ ਜਾ ਰਹੇ ਹੋ, ਤਾਂ ਟ੍ਰੇਨ 'ਤੇ ਲਗਭਗ ਤੁਹਾਡਾ ਆਉਣ ਜਾਣ ਦਾ ਖਰਚਾ ਜਿਹੜਾ 10 ਪਾਊਂਡ ਹੋ ਜਾਣਾ ਇੱਕ ਦਿਨ ਦਾ। ਜੇ ਤੁਸੀਂ ਇੱਕ ਘੰਟੇ ਦੀ ਲਾਈਕ ਤੁਹਾਡਾ ਕੰਮ ਇੱਕ ਘੰਟਾ ਦੂਰ ਆ ਤੁਹਾਡੇ ਘਰ ਤੋਂ ਟ੍ਰੇਨ ਦੇ ਵਿੱਚ ਲੱਗਦਾ, ਤਾਂ ਮੋਸਟਲੀ 10 ਕੁ ਪਾਊਂਡ ਜਿਹੜਾ ਕਿਰਾਇਆ ਲੱਗ ਜਾਂਦਾ ਆਉਣ ਜਾਣ ਦਾ। ਅਤੇ ਉਹੀ ਜੇ ਤੁਸੀਂ ਤੁਹਾਡੇ ਕੋਲ ਗੱਡੀ ਆ, ਜੇ 2-3 ਬੰਦੇ ਤੁਹਾਡੇ ਨਾਲ ਹੋਰ ਹੋਣਗੇ ਤਾਂ ਉਹੀ ਤੁਹਾਡਾ ਖਰਚਾ ਘੱਟ ਜਾਣਾ, ਹੈ ਨਾ, ਕਿਉਂਕਿ ਤੇਲ ਵੰਡਵਾ ਤੁਸੀਂ ਤੇਲ ਵੰਡ ਕੇ ਪਵਾ ਸਕਦੇ ਹੋ, ਹੈ ਨਾ, ਅਤੇ ਉਹੀ ਤੁਹਾਡਾ ਟਾਈਮ ਬਚੇ ਕਰਨਾ ਗੱਡੀ ਦੇ ਵਿੱਚ। ਅਤੇ ਇਹ ਚੀਜ਼ਾਂ ਨੇ ਜਿਹੜੀਆਂ ਬੇਸਿਕ ਜੀਆਂ ਜਿਹੜੀਆਂ ਤੁਸੀਂ ਆ ਕੇ ਕਰਨੀਆਂ। ਬਾਕੀ ਜੋ ਵੀ ਕਿਸੇ ਨੂੰ ਵੀ ਪ੍ਰੋਬਲਮ ਆ ਜਾਂ ਕੋਈ ਵੀ, ਹੈ ਨਾ, ਕਿਸੇ ਤਰ੍ਹਾਂ ਦਾ ਇਨਫੋਰਮੇਸ਼ਨ ਚਾਹੀਦੀ ਆ, ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਜਿਹੜਾ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਆਪਣਾ ਪੇਜ ਆ PNJUK ਬਲੌਗਰ ਇੰਸਟਾਗ੍ਰਾਮ 'ਤੇ ਆਪਾਂ ਨਵਾਂ ਸ਼ੁਰੂ ਕੀਤਾ, ਹੈ ਨਾ, ਉਸ ਦੇ ਉੱਪਰ ਤੁਹਾਨੂੰ ਸਾਨੂੰ ਮੈਸੇਜ ਕਰ ਦਿਓ ਤਾਂ ਅਸੀਂ ਜ਼ਰੂਰ ਰਿਪਲਾਈ ਕਰਾਂਗੇ। ਅਤੇ ਜਿਵੇਂ ਵੀ ਕੋਈ ਵੀ ਰੀਸੈਂਟ ਅਪਡੇਟ ਆਉਂਦੀ ਹੈ ਤਾਂ ਆਪਾਂ ਉਸ ਦੇ ਉੱਪਰ ਪਾਇਆ ਕਰਾਂਗੇ। ਜੇ ਲਾਈਕ ਜਿੱਦਾਂ ਹੁਣ ਕੋਈ ਛੋਟੀ ਇਨਫੋਰਮੇਸ਼ਨ ਆਈ ਹੈ ਤਾਂ ਆਪਾਂ ਇੰਸਟਾਗ੍ਰਾਮ ਦੇ ਉੱਪਰ ਨਾਲ ਦੀ ਨਾਲ ਅਪਡੇਟ ਕਰਿਆ ਕਰਾਂਗੇ। ਅਤੇ ਵੀਡੀਓ, ਕਿਉਂਕਿ ਕੰਮਾਂ ਕਾਰਾਂ ਕਰਕੇ ਵੀਡੀਓ ਡੇਲੀ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ, ਇਸ ਕਰਕੇ ਅਸੀਂ ਉਹ ਚੀਜ਼ ਸ਼ੁਰੂ ਕੀਤੀ ਆ। ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ, ਇੱਦਾਂ ਹੀ ਪਿਆਰ ਦਿੰਦੇ ਰਹੋ ਅਤੇ ਆਪਣਾ ਆਪਣਾ ਧਿਆਨ ਰੱਖੋ। ਅਤੇ ਨੈਕਸਟ ਥਿੰਗ, ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਅੱਗੇ ਵੀ ਸ਼ੇਅਰ ਕਰਿਆ ਕਰੋ ਜੇ ਵੀਡੀਓ ਵਧੀਆ ਲੱਗਦੀਆਂ ਨੇ, ਤਾਂ ਜੋ ਕਿਸੇ ਨੂੰ ਵੀ ਜੋ ਵੀ ਲੋੜ ਆ ਅਗਲਾ ਇਨਫੋਰਮੇਸ਼ਨ ਲੈ ਸਕੇ। ਅਤੇ ਬਹੁਤ ਬਹੁਤ ਥੈਂਕ ਯੂ ਜੀ, ਰੱਬ ਤੁਹਾਡਾ ਸਾਰਿਆਂ 'ਤੇ ਮਿਹਰ ਕਰੇ। ਆਪਣਾ ਆਪਣਾ ਧਿਆਨ ਰੱਖੋ, ਆਪਣੇ ਘਰਦਿਆਂ ਦਾ ਧਿਆਨ ਰੱਖੋ ਜੀ। ਥੈਂਕ ਯੂ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੇ ਨਾ ਸਹਿਮਤ ਹੋਏ ਤਾਂ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ, ਡਿਸਲਾਈਕ ਕਰ ਦਿਆ ਜੀ।